ਪਾਕਿਸਤਾਨ ਪੰਜਾਬੀ ਕੌਮ ਪ੍ਰਸਤਾ ਦੇ ਸਭ ਤੋਂ ਵੱਡੇ ਨੈਟਵਰਕ ਪੰਜਾਬੀ ਨੈਸ਼ਨਲਿਸਟ ਫੋਰਮ ਵੱਲੋਂ ਜੀ ਆਇਆਂ ਨੂੰ ਨਵਾਜ਼ ਸ਼ਰੀਫ ਨੇ ਤਿੰਨ ਸਿਆਸੀ ਗਲਤੀਆਂ ਕੀਤੀਆਂ ਪਾਕਿਸਤਾਨ ਵਿੱਚ ਪੰਜਾਬੀਆਂ ਦੀ ਆਬਾਦੀ ਪਾਕਿਸਤਾਨ ਦੀ ਆਬਾਦੀ ਦਾ 60% ਹੈ ਨਵਾਜ਼ ਸ਼ਰੀਫ ਨੇ 1988 ਵਿੱਚ ਪੰਜਾਬੀਆਂ ਦਾ ਲੀਡਰ ਬਣਨ ਲਈ ਜਾਗ ਪੰਜਾਬੀ ਜਾਗ ਦਾ ਨਾਅਰਾ ਮਾਰ ਕੇ ਪੰਜਾਬ ਚੋਂ ਸਿਆਸਤ ਸ਼ੁਰੂ ਕੀਤੀ ਨਵਾਜ਼ ਸ਼ਰੀਫ ਤਿੰਨ ਵਾਰੀ ਪੰਜਾਬੀਆਂ ਦੇ ਵੋਟ ਲੈ ਕੇ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣਿਆ ਨਵਾਜ਼ ਸ਼ਰੀਫ ਨੂੰ ਪੰਜਾਬੀਆਂ ਦੇ ਵੋਟ ਤੇ ਮਿਲਦੇ ਰਹੇ ਪਰ ਪਠਾਨ ਬਲੋਚ ਹਿੰਦੁਸਤਾਨੀ ਮੁਹਾਜਰ ਤੇ ਸਿੰਧੀ ਨਵਾਜ਼ ਸ਼ਰੀਫ ਨੂੰ ਵੋਟ ਦੇਣ ਦੇ ਬਜਾਏ ਆਪਣੇ ਆਪਣੇ ਲੀਡਰਾਂ ਨੂੰ ਵੋਟ ਦਿੰਦੇ ਰਹੇ ਪਠਾਨਾ ਬਲੋਚਾ ਹਿੰਦੁਸਤਾਨੀ ਮੁਹਾਜਰਾਂ ਸਿੰਧੀਆਂ ਦੇ ਲੀਡਰਾਂ ਨੇ ਆਪਣੇ ਆਪਣੇ ਸੂਬੇ ਵਿੱਚ ਆਪਣੀ ਜ਼ੁਬਾਨ ਨੂੰ ਸੂਬੇ ਦੀ ਸਰਕਾਰੀ ਤੇ ਤਾਲੀਮੀ ਜ਼ੁਬਾਨ ਬਣਾਇਆ ਹੋਇਆ ਹੈ ਪਠਾਨਾ ਬਲੋਚਾ ਹਿੰਦੁਸਤਾਨੀ ਮੁਹਾਜਰਾਂ ਸਿੰਧੀਆਂ ਦੇ ਲੀਡਰ ਆਪਣੇ ਇਲਾਕੇ ਨੂੰ ਵੰਡਣ ਦੀ ਗੱਲ ਕਰਨ ਤੇ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਰਹੇ ਪਰ ਪੰਜਾਬ ਨੂੰ ਵੰਡਣ ਦੀਆਂ ਸਾਜਸ਼ਾਂ ਕਰਦੇ ਰਹੇ ਇਸ ਦੇ ਬਾਵਜੂਦ ਨਵਾਜ਼ ਸ਼ਰੀਫ ਨੇ ਤਿੰਨ ਸਿਆਸੀ ਗਲਤੀਆਂ ਕੀਤੀਆਂ ਪੰਜਾਬ ਵਿੱਚ ਪੰਜਾਬੀਆਂ ਨਾਲ ਪੰਜਾਬੀ ਜ਼ੁਬਾਨ ਵਿੱਚ رابطہ ਨਹੀਂ ਕਰਦਾ ਰਿਹਾ ਪੰਜਾਬ ਦੀ ਸਰਕਾਰੀ ਤੇ ਤਾਲੀਮੀ ਜ਼ੁਬਾਨ ਪੰਜਾਬੀ ਨਹੀਂ ਕੀਤੀ ਪੰਜਾਬ ਦੀ ਵੰਡ ਦੇ ਮੁਖਾਲਫਤ ਕਰਨ ਦੇ ਬਜਾਏ ਪੰਜਾਬ ਨੂੰ ਵੰਡਣ ਲਈ ਤਿਆਰ ਰਿਹਾ ਦਵਾਸ਼ਿਰਫ ਨੇ ਇਹ ਤਿੰਨ ਸਿਆਸੀ ਗਲਤੀਆਂ ਨਾ ਕੀਤੀਆਂ ਹੁੰਦੀਆਂ ਤੇ ਫੇ ਨਵਾਜ਼ ਸ਼ਰੀਫ ਸਿਆਸਤ ਲਈ ਨਾਹਲ ਹੋ ਕੇ ਜੇਲ੍ਹ ਜਾਂਦਾ ਨਾ ਪੰਜਾਬ ਵਿੱਚ ਰਹਿਣ ਵਾਲਾ ਪਠਾਨ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣਦਾ ਨਾ ਪੰਜਾਬ ਵਿੱਚ ਰਹਿਣ ਵਾਲਾ ਬਲੋਚ ਪੰਜਾਬ ਦਾ ਵਜ਼ੀਰ ਆਜ਼ਮ ਬਣਦਾ